ਯੂਨਾਈਟਿਡ ਅਕਾਲੀ ਦਲ ਦੇ ਦੋਫਾੜ ਹੋਣ ਦੇ ਕਾਰਨ ਸੀਬੀਆਈ ਦੀ ਕਲੋਜ਼ਰ ਰਿਪੋਰਟ ਅਤੇ ਬਰਗਾੜੀ ਮੋਰਚੇ ਦੇ ਸੰਬੰਧ ਵਿੱਚ ਅਤੇ ਹੋਰ ਅਹਿਮ ਮੁੱਦਿਆਂ 'ਤੇ ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਇਹਨਾਂ ਮਸਲਿਆਂ ਦੇ ਸੰਬੰਧ ਵਿੱਚ ਜੋ ਵਿਚਾਰ ਰੱਖੇ ਤੁਸੀਂ ਇਸ ਆਡੀਓ ਵਿੱਚ ਸੁਣ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਕੌਮ ਦੇ ਦਰਸ਼ਕੋ, ਇਸ ਵੇਲੇ ਸਾਡੇ ਨਾਲ ਲਾਈਨ 'ਤੇ ਹਨ ਭਾਈ ਮੋਹਕਮ ਸਿੰਘ ਜੀ, ਜੋ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਹਨ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਜੋ ਯੂਨਾਈਟਿਡ ਅਕਾਲੀ ਦਲ ਦੇ ਵਿੱਚ ਪਿਛਲੇ ਦਿਨੀ ਥੋੜ੍ਹਾ ਆਪਸੀ ਖਿੱਚੋਤਾਣ ਹੋਈ ਹੈ ਉਹਦੇ ਸੰਬੰਧ ਵਿੱਚ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਜੀ ਆਵਾਜ਼ ਕੌਮ ਟੀਵੀ 'ਤੇ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ, ਅਤੇ ਗੱਲਬਾਤ ਕਰਾਂਗੇ। ਜਿਹੜਾ ਯੂਨਾਈਟਿਡ ਅਕਾਲੀ ਦਲ, ਜਿਹਦਾ ਨਾਂ ਹੀ ਯੂਨਾਈਟਿਡ ਆ, ਮਤਲਬ ਏਕਤਾ ਦਾ ਪ੍ਰਤੀਕ ਸੀ, ਪਰ ਇਹਦੇ ਵਿੱਚ ਵੀ ਮਤਲਬ ਆਪਸੀ ਦੋ ਧੜੇ ਬਣ ਗਏ, ਕਾਰਨ ਕੀ ਹੋਇਆ? ਦੇਖੋ, ਬੇਨਤੀ ਹੈ ਕਿ ਕਾਰਨ ਤਾਂ ਮੈਂ ਤੁਹਾਨੂੰ ਜੀ ਹੁਣ ਨਾ ਹੀ ਦਵਾਂ ਤੇ ਚੰਗਾ ਲੱਗੇਗਾ। ਪਹਿਲੀ ਗੱਲ ਤਾਂ ਮੇਰੀ ਫਤਿਹ ਤੌਰ ਪ੍ਰਵਾਨ ਕਰੋ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਬੇਨਤੀ ਇਸ ਤਰ੍ਹਾਂ ਕਿ ਪਿਛਲੇ ਕੁਛ ਸਮੇਂ ਦੇ ਵਿੱਚੋਂ ਇੱਕ ਦਿਨ ਚ ਨਹੀਂ ਹੋਇਆ, ਪਿਛਲੇ ਕਾਫੀ ਚੱਲ ਰਿਹਾ ਸੀ 2-4 ਮਹੀਨੇ ਤੋਂ। ਠੀਕ ਆ, ਤੇ ਉਸ ਦਾ ਹੀ ਨਤੀਜਾ ਹੈ। ਹਾਂਜੀ, ਇੱਕ ਤਾਂ ਇਹ ਮੰਨ ਕੇ ਚਲੋ। ਠੀਕ ਆ। ਦੂਜਾ, ਥੋੜਾ ਕੋਈ ਇਲੈਕਸ਼ਨਾਂ ਦੇ ਦਰਮਿਆਨ ਕੁਛ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿਹੜੀਆਂ ਉਹ ਖੜੇ ਪੈਰ ਮਜਬੂਰ ਕਰਦੀਆਂ ਸੀ, ਤੇ ਉਹ ਤੁਸੀਂ ਦੇਖਿਆ ਹੋਣਾ, ਸਿਆਸ ਤੁਰ ਲੱਗੇ, ਉੱਥੋਂ ਸਮੱਸਿਆ ਵਧੀ ਸਾਰੀ। ਮੈਂ ਉੱਥੇ ਸਪਸ਼ਟ ਹੋਇਆ ਵੀ ਇਹ ਕਿਉਂ ਹੋਇਆ, ਕਿੱਦਾਂ ਹੋਇਆ। ਠੀਕ ਆ, ਕਿੰਨੀ ਕੀ ਹੈ ਬਾਕੀ ਬਹੁਤੀ ਗੱਲ ਮੈਂ ਕਹਿਣਾ ਨੀ ਚਾਹੁੰਦਾ। ਸਾਡੇ ਭਰਾ ਨੇ, ਸਾਡੇ ਮਿੱਤਰ ਨੇ, ਅਸੀਂ ਇਕੱਠੇ ਰਹਿ ਕੇ ਸੇਵਾ ਕੀਤੀ ਹੈ, ਉਹ ਵੀ ਬੜੇ ਚੰਗੇ ਬੰਦੇ ਨੇ, ਤੇ ਅਸੀਂ ਉਸ ਬਾਰੇ ਕੋਈ ਉਹੋ ਜਿਹੀ ਗੱਲ ਕਹੀਏ ਚੰਗੇ ਨੀ ਲੱਗਦੇ। ਤੇ ਰਲ ਮਿਲ ਕੇ ਸੇਵਾ ਕੀਤੀ ਸੀ, ਕਰਦੇ ਰਹੇ ਹਾਂ। ਹਾਂਜੀ, ਤੇ ਅਸੀਂ ਹੁਣ ਜੇ ਉਹ ਨਹੀਂ ਉਹ ਰਹਿ ਕੇ ਕਰਨਾ ਚਾਹੁੰਦੇ, ਵੱਖਰਾ ਕਰਨਾ ਚਾਹੁੰਦੇ ਆ। ਹਾਂਜੀ, ਚਲੋ ਅਸੀਂ ਕੋਈ ਉਹਨਾਂ ਬਾਰੇ ਕੋਈ ਉਹੋ ਜਿਹੀ ਕੋਈ ਫਾਲਤੂ ਗੱਲ ਕਹਿ ਕੇ ਕੋਈ ਫਾਲਤੂ ਦੀ ਸਮੱਸਿਆ ਨੀ ਐਵੇਂ ਪੈਦਾ ਕਰਨਾ ਚਾਹੁੰਦੇ। ਗੱਲ ਦੇਖੋ ਜੀ, ਤੁਸੀਂ ਜਥੇਬੰਦਕ ਤੌਰ ਤੇ ਹਾਂਜੀ ਜਥੇਦਾਰ ਜੀ, ਚਲੋ ਜਥੇਬੰਦਕ ਤੌਰ ਤੇ ਤੁਸੀਂ ਵਧੀਆ ਸੋਚ ਰਹੇ, ਪਰ ਫੇਰ ਵੀ ਜਿੱਦਾਂ ਸੰਗਤਾਂ ਜਾਣਨਾ ਚਾਹੁੰਦੀਆਂ ਵੀ ਕਿਹੜੀ ਇਹੋ ਜਿਹੀ ਗੱਲ ਹੋ ਗਈ ਕਿ ਉਹਨਾਂ ਨੂੰ ਚੰਡੀਗੜ੍ਹ ਜਾ ਕੇ ਮੀਟਿੰਗ ਕਰਕੇ ਆਪਣਾ ਵੱਖਰਾ ਪ੍ਰਧਾਨ ਐਲਾਨਣਾ ਪਿਆ, ਤੇ ਤੁਸੀਂ 2 ਦਿਨ ਬਾਅਦ ਫੇਰ ਵੱਖਰੇ ਤੌਰ ਤੇ ਐਲਾਨ? ਦੋ ਗੱਲਾਂ ਨੇ ਜੀ, ਇੱਕ ਤਾਂ ਸਾਡਾ 2 ਸਾਲਾਂ ਬਾਅਦ ਮਤਲਬ ਕਿ ਪ੍ਰਧਾਨ ਦੀ ਜਿਹੜੀ ਆਮ ਪ੍ਰਵਾਨਗੀ ਜਿਹੜੀ ਹੈ ਉਹ ਹੋਏਗੀ। ਠੀਕ, ਤੇ ਪਿਛਲੇ ਸਮੇਂ ਦਰਮਿਆਨ ਸਾਡਾ ਜਿਹੜਾ ਸੀ ਸਾਰਾ ਸੰਘਰਸ਼ ਹੀ ਰਿਹਾ। ਹਾਂਜੀ, ਹਰ 2 ਸਾਲਾਂ ਬਾਅਦ ਕੋਈ ਨਾ ਕੋਈ ਜਾਂ ਸਾਲ ਦੋ ਡੇਢ ਸਾਲ ਬਾਅਦ ਮੀਟਿੰਗ ਹੁੰਦੀ ਰਹੀ, ਕਈ ਵਾਰੀ ਨਹੀਂ ਵੀ ਹੁੰਦੀ ਸੀ ਕਿਉਂਕਿ ਬਹੁਤੇ ਵਾਰੀ ਜੇਲ੍ਹਾਂ 'ਚ ਜਾਂ ਕੋਈ ਸੰਘਰਸ਼ ਫਸੇ ਹੁੰਦੇ ਸਨ, ਇਹੋ ਜਿਹਾ ਹੁੰਦਾ। ਇੱਕ ਤਾਂ ਉਹ ਇਹ ਗੱਲ ਹੈਗੀ ਸੀ। ਹਾਂਜੀ ਹਾਂਜੀ, ਚਲੋ ਇਹ ਤਾਂ ਹੱਥ ਵੀ ਨਿਕਲ ਸਕਦਾ ਸੀ, ਇਹਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ। ਪਰ ਇਹਦੇ ਦਰਮਿਆਨ ਇਲੈਕਸ਼ਨਾਂ ਵਿੱਚ ਕੁਝ ਇਹੋ ਜਿਹੇ ਕਿੰਤੂ ਪ੍ਰੰਤੂ ਜਿਹੇ ਉਹ ਮਜੀਠੀਏ ਨੇ ਸਾਡੇ ਤੇ ਦੋਸ਼ ਲਾਏ ਸੀ, ਅਸੀਂ ਉਹ ਸਪਸ਼ਟੀਕਰਨ ਦੀ ਸਮੱਸਿਆ ਸੀ, ਬਹੁਤ ਹੀ ਨਹੀਂ ਵਧਾਉਣਾ ਚਾਹੁੰਦੇ। ਗੱਲ ਜਿਹੜੀ ਸੀ ਅਗਾਂਹ ਵੱਧ ਗਈ, ਅਸਲ ਕਹਾਣੀ ਹੋਰ ਕੋਈ ਨੀ ਹੈਗੀ, ਕੋਈ ਗੱਲ ਨੀ ਹੈਗੀ, ਉਹ ਵੀ ਸੱਚੇ ਨੇ, ਉਹ ਵੀ ਸਾਡੇ ਭਰਾ ਨੇ, ਅਸੀਂ ਵੀ ਮਤਲਬ ਕਿ ਉਹਨਾਂ ਬਾਰੇ ਬੜਾ ਸਨਮਾਨ ਕਰਦੇ ਹਾਂ, ਉਹਨਾਂ ਬੜੀ ਸੇਵਾ ਕੀਤੀ ਹੈ। ਚਰਚਾ ਤੇ ਇਹ ਵੀ ਸੁਣੀ ਜਾ ਰਹੀ ਹੈ, ਪਤਾ ਨੀ ਇਹ ਕਨਸੋਆ ਜਾਂ ਕਿੱਦਾਂ, ਵੀ ਬਰਗਾੜੀ ਮੋਰਚੇ ਦੇ ਵਿੱਚ ਤੁਸੀਂ ਵੀ ਇੱਕ ਧਿਰ ਵਜੋਂ ਮਤਲਬ ਉਹਦੇ ਪੂਰੇ ਸਪੋਰਟਰ ਸੀਗੇ, ਵੀ ਉਦੋਂ ਬਾਅਦ
ਜਿਹੜਾ ਬਰਗਾੜੀ ਮੋਰਚੇ ਦੇ ਵਿੱਚ ਖਲਾਰਾ ਪੈ ਗਿਆ, ਉਸ ਤੋਂ ਬਾਅਦ ਤੁਹਾਡੇ ਆਪਸ ਵਿੱਚ ਜਿਹੜੇ ਆ ਵਿਚਾਰਧਾਰਕ ਜਿੱਦਾਂ ਵੱਖਰੇਵੇਂ ਹੋ ਗਏ। ਬੇਨਤੀ ਹੈ ਕਿ ਕੋਈ ਇਹੋ ਜਿਹੀ ਬਹੁਤੀ ਗੱਲ ਨਹੀਂ ਹੈਗੀ। ਬਰਗਾੜੀ ਮੋਰਚੇ ਜਸਵਿੰਦਰ ਸਾਹਿਬ ਸਾਰੇ ਸਾਡੇ ਚੱਲਦੇ ਸੀ, ਉਹਦੀ ਗੱਲਬਾਤ ਮਾਨ ਭਾਈ ਗੁਰਦੀਪ ਸਿੰਘ ਜੀ ਨਾਲ, ਭਾਈ ਜਸਕਰਨ ਸਿੰਘ ਜਾਂ ਹੋਰ ਆਪਣੇ ਆਗੂ ਸਨ ਸੀਨੀਅਰ, ਉਹ ਕਰਦੇ ਰਹੇ ਮੀਟਿੰਗਾਂ। ਉਹ ਤਾਂ ਵੇਖੋ ਮੈਂ ਤਾਂ ਉਹਦਾ ਸਮਰਥਨ ਕਰ ਰਿਹਾ ਹਾਂ, ਚੰਗਾ ਹੋਇਆ ਵਧੀਆ ਹੋਇਆ। ਮੈਂ ਕਦੇ ਵੀ ਉਸੇ ਬਾਰੇ ਸ਼ਬਦ ਮਾੜਾ ਨਹੀਂ ਕਿਹਾ, ਕਿਉਂਕਿ ਉਹਦੇ ਵਿੱਚ ਇਹ ਗੱਲ ਸੱਚ ਹੈ, ਹਕੀਕਤ ਹੈ ਕਿ ਕੋਈ ਬੰਦਾ ਉਹ ਵਿਅਕਤੀ ਵਿਅਕਤੀ ਹੁੰਦਾ। ਉਹਨਾਂ ਨੇ ਇਮਾਨਦਾਰੀ ਨਾਲ ਮੋਰਚਾ ਚਲਾਇਆ ਸੀ, ਇਮਾਨਦਾਰੀ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਸੀ। ਪਰ ਕਈ ਵਾਰੀ ਹੋ ਜਾਂਦੀਆਂ ਕੋਈ ਇਹੋ ਜਿਹੀਆਂ ਕੋਈ ਗੱਲਾਂ ਬਾਤਾਂ ਨਿੱਕੀਆਂ ਮੋਟੀਆਂ, ਨਹੀਂ ਸਰਕਾਰਾਂ ਵੀ ਬੇਈਮਾਨ ਹੁੰਦੀਆਂ, ਹੋਰ ਵੀ ਬੇਈਮ ਹਾਲਾਤ ਵੀ ਐਸੇ ਹੁੰਦੇ ਆ ਸਾਰੇ ਸਿਸਟਮ ਨੂੰ, ਤੇ ਮੁਕੰਮਲ ਵੀ ਨਹੀਂ ਕਹਿ ਸਕਦੇ ਤੇ ਉਹਨੂੰ ਅਸੀਂ ਪੂਰੀ ਤਰ੍ਹਾਂ ਫੇਲ ਵੀ ਨਹੀਂ ਕਹਿ ਸਕਦੇ। ਠੀਕ ਹੈ, ਕਿਉਂਕਿ ਮੈਂ ਇਸ ਗੱਲ ਤੇ ਸੰਤੁਸ਼ਟ ਵੀ ਹਾਂ, ਮੈਨੂੰ ਕੋਈ ਇਹੋ ਜਿਹੀ ਸਮੱਸਿਆ ਨੀ, ਮੈਂ ਕਦੇ ਕੋਈ ਇਹੋ ਜਿਹੀ ਗੱਲ ਉਹ ਕਰਦਾ ਤੇ ਲਾਏ ਹੁੰਦੇ ਆ ਜੋ ਕਰਦੇ ਹੁੰਦੇ ਨੇ, ਉਹਨਾਂ ਦੇ ਨਾਲ ਰਹਿਣਾ ਚਾਹੀਦਾ ਤੇ ਮੈਂ ਨਾਲ ਹੀ ਰਿਹਾ, ਮੈਂ ਅੱਜ ਵੀ ਨਾਲ ਇਸ ਮਾਮਲੇ ਚ। ਜਿਹੜੀਆਂ ਉੱਥੋਂ ਦੀਆਂ ਮੰਗਾਂ ਸੀ, ਤਿੰਨ ਮੰਗਾਂ ਸੀ ਮੁੱਖ ਤੌਰ ਤੇ, ਦੋਸ਼ੀਆਂ ਨੂੰ ਫੜਨਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਆ, ਜਿਹੜੇ ਬਹਿਬਲ ਕਾਂਡ ਵਿੱਚ ਉਹ ਸ਼ਹੀਦ ਹੋਇਆ ਉਹਨਾਂ ਸਿੰਘਾਂ ਦੇ ਦੋਸ਼ੀਆਂ ਦਾ ਪਛਾਣ ਕਰਕੇ ਲੱਭਣਾ, ਤੇ ਇੱਕ ਰਿਹਾਈਆਂ ਦਾ। ਇਹ ਤਿੰਨ ਮਾਮਲੇ ਸੀ ਮੁੱਖ ਤੌਰ ਤੇ। ਮੈਂ ਸਮਝਦਾ ਵੀ ਇਹਦੇ ਚ ਕੁਝ ਬਹੁਤ ਪ੍ਰਾਪਤੀਆਂ ਵੀ ਹੋਈਆਂ ਨੇ, ਕਮੀ ਵੀ ਰਹੀ ਹੈ। ਪ੍ਰਾਪਤੀ ਮੁੱਖ ਤੌਰ ਤੇ ਇਹ ਹੋਈ ਹੈ ਕਿ ਜਿਹੜੇ ਦੋਸ਼ੀ ਸੀ, ਸਤਾਈ ਦੋਸ਼ੀਆਂ ਦੀ ਹੈ ਸ਼ਨਾਖਤ ਕਰਕੇ ਉਹਨਾਂ ਦੇ ਉੱਤੇ ਕੇਸ ਪਾ ਕੇ ਗੁਰੂ ਗ੍ਰੰਥ ਸਾਹਿਬ ਦੇ ਉਹ ਸਤਾਈ ਬੰਦੇ ਜਿਹੜੇ ਸੀ ਉਹ ਫੜੇ ਗਏ। ਦੋ ਕੁ ਬੰਦੇ, ਇੱਕ ਭਗੌੜਾ ਸੀ, ਇੱਕ ਬਾਰੇ ਕੋਈ ਪਤਾ ਨੀ ਲੱਗਦਾ ਜੇ ਹੈਗਾ ਕਿ ਨਹੀਂ ਹੈਗਾ। ਹਾਂਜੀ, ਇਹ ਜੋ ਰਿਪੋਰਟ ਸਾਹਮਣੇ ਆ ਰਹੀ, ਆਪਾਂ ਕਿਹੜਾ ਵੇਖ, ਜੋ ਸਰਕਾਰ ਕਹਿੰਦੀ ਜਾਂ ਜੱਟ ਕਹਿੰਦੀ ਆਪਾਂ ਉਹੀ ਕਹਿਣੀ ਹੈ। ਹਾਂਜੀ, ਜੋ ਨਕਸਲਵਾਦੀਆਂ ਦੇ ਨਾਂ ਉਹਨਾਂ ਨੇ ਦਿੱਤੇ ਆ ਜਿਹਨਾਂ ਦੇ ਉਹ ਸਤਾਈ ਬੰਦੇ ਉਹਨਾਂ ਫੜੇ। ਹਾਂਜੀ ਭਾਈ ਮੋਕਨ ਸਿੰਘ ਜੀ, ਜਿਹੜੇ ਇੱਕ ਮਿੰਟ ਜੀ, ਜਿਹੜੇ 27 ਬੰਦੇ ਫੜੇ ਸੀ ਉਹਨਾਂ ਚੋਂ 5 ਬੰਦੇ ਤੇ ਪਿਛਲੇ ਦਿਨ ਉਹਨੀ ਜ਼ਮਾਨਤ ਤੇ ਰਿਹਾ ਵੀ ਕਰ ਦਿੱਤੇ ਆ। ਪੰਜ ਦੇ ਬੰਦੇ ਪਿਛਲੇ ਦਿਨ ਜਿਹੜੇ ਜ਼ਮਾਨਤ ਤੇ ਉੱਤੇ ਉਹ ਬਾਹਰ ਆ ਗਏ ਤੇ CBI ਦੇ ਇਹਨੇ ਰਿਪੋਰਟ ਦੇ ਵਿੱਚ ਕਲੋਜ਼ਰ ਰਿਪੋਰਟ ਦਿੱਤੀ ਜਿਹੜੀ ਉਹਨਾਂ ਨੇ ਬੇਈਮਾਨੀ ਕੀਤੀ। ਅਸੀਂ ਉਦੋਂ ਵੀ ਇਹ ਗੱਲ ਕਹਿੰਦੇ ਹਾਂ ਕਿ CBI ਦੇ ਕੋਲ ਕੇਸ ਨਹੀਂ ਜਾਣਾ ਚਾਹੀਦਾ, ਵਾਪਸ ਲਓ। ਹਾਂ, ਪਰ ਉਹ ਕਿਹਦੀ ਸਰਕਾਰ ਨੇ ਦਿੱਤਾ ਹੋਇਆ ਸੀ, ਬਾਦਲ ਦੀ ਸਰਕਾਰ ਨੇ CBI ਨੂੰ, CBI ਕੋਲ ਕੇਸ ਰਹਿਣਾ ਚਾਹੀਦਾ। ਅਸੀਂ ਜ਼ੋਰ ਲਾਉਣੇ ਪੰਜਾਬ 'ਚ ਰਹਿਣਾ ਚਾਹੀਦਾ, ਜਿਹੜੇ ਪੰਜਾਬ 'ਚ ਕੇਸ ਸੀ ਉਹ ਚੱਲ ਰਹੇ ਆ, ਜਿਹੜਾ CBI ਕੋਲ ਇੱਕ ਕੇਸ ਸੀ, ਬਾਦਲ ਜਿਹੜਾ ਦੂਜੇ ਕੇਸ ਵੀ ਕਹਿੰਦੇ CBI ਨੂੰ ਦਿੱਤੇ ਜਾਣ, ਤੇ ਪਰ ਉਹ ਜਿਹੜਾ ਉਹਨਾਂ ਦੇ ਕੋਲ ਇੱਕ ਹੈਗਾ ਸੀ ਜਿਹੜਾ ਵਾਪਸ ਮੰਗਾਇਆ ਸੀ ਪੰਜਾਬ ਸਰਕਾਰ ਨੇ ਤੇ ਅਸੈਂਬਲੀ ਨੇ ਵੀ ਕਿਹਾ ਸੀ ਵਾਪਸ ਲਓ, ਉਹਨਾਂ ਨੇ ਵਾਪਸ ਕੀਤਾ ਨਹੀਂ ਸੀ। ਨਹੀਂ, ਤੁਸੀਂ ਹੁਣ ਇਹ ਤਾਂ ਕਹਿੰਦੇ ਆ ਵੀ ਚਲੋ ਬਾਦਲਾਂ ਨੇ ਉਹਨਾਂ ਨੂੰ ਦਿੱਤਾ ਸੀ, ਪਰ ਅਸੈਂਬਲੀ ਦੇ ਵਿੱਚ ਨੋਟੀਫਿਕੇਸ਼ਨ ਹੋ ਚੁੱਕਾ ਸੀ ਵੀ CBI ਤੋਂ ਜਾਂਚ ਵਾਪਸ ਲੈ ਕੇ ਸੈਟ ਨੂੰ ਦੇ ਰਹੇ, ਨਵੀਂ ਸੈਟ ਨੂੰ ਦੇ ਰਹੇ, ਤੇ ਵਾਪਸ ਕਿਉਂ ਨਹੀਂ ਲਈ ਜੀ? ਉਹਦੇ ਬਾਰੇ ਤਾਂ ਸਰਕਾਰ ਦੱਸ ਸਕਦੀ ਹੈ, CBI ਤੇ ਬਾਦਲ ਦੱਸ ਸਕਦਾ, ਕਿਉਂਕਿ ਬਾਦਲ ਕਹਿੰਦਾ CBI ਕੋਲ ਸਾਰਾ ਸਾਰੇ ਕੇਸ ਉਹਦੇ ਕੋਲ ਜਾਣੇ ਚਾਹੀਦੇ ਆ, ਇਹਨਾਂ ਨੇ ਜੇ ਬਾਕੀ ਲੈ ਤੇ ਉਹ ਕਿਉਂ ਨਹੀਂ ਗਿਆ ਜਾਂ ਕਿੱਦਾਂ? ਪਰ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਭਾਈ ਮੋਹਨ ਸਿੰਘ ਜੀ, ਉਹਨਾਂ ਨੇ ਕਾਂਗਰਸ ਨੇ ਮਤਲਬ ਨੋਟੀਫਿਕੇਸ਼ਨ ਕੀਤਾ ਹੋਵੇ, ਫਿਰ ਉਹਨਾਂ ਨੇ ਕਿਉਂ ਨਹੀਂ ਉਹ ਤੇ ਕਾਰਵਾਈ ਕੀਤੀ?
ਮੈਂ ਦੱਸਦਾ ਨਾ ਜੀ ਤੁਹਾਨੂੰ ਸ਼ਾਇਦ ਨਹੀਂ ਜਾਣਕਾਰੀ, ਗੱਲਬਾਤ ਦੇਖੋ ਕਰਕੇ ਆਏ ਮਾਨਸਾ ਵਾਲੀ, ਮੈਂ ਤਾਂ ਗੱਲਬਾਤ ਹਿੱਸਾ ਨਹੀਂ ਸੀ ਤੇ ਆਪਣੇ ਕਰਕੇ ਆਏ ਭਾਈ ਗੁਰਦੀਪ ਸਾਰੀ। ਅੱਛਾ, ਜੋ ਇਹਨਾਂ ਨੇ ਸਾਨੂੰ ਦੱਸੀ ਹੈ ਗੱਲ ਕਿ CBI ਤੋਂ ਉਹਨਾਂ ਨੇ ਰਿਪੋਰਟ ਮੰਗਾਈ ਹੈ, ਹੁਣ ਇਹਦੇ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ ਵੀ ਮੰਗਾਈ ਹੈ ਨਹੀਂ ਆਈ, ਵਾਪਸ ਕਿੱਦਾਂ ਨੀ ਆਈ, ਉਹਨਾਂ ਕੋਲ ਜੋ ਰਿਪੋਰਟ ਦਿੱਤੀ ਹੈ। ਜਿਹੜਾ ਇੱਥੋਂ ਦੀ ਸਿੱਖ ਦਾ ਮੁਖੀ ਦਾ ਫੋਨ ਬਿਆਨ ਅੱਜ ਵੀ ਅਖਬਾਰ 'ਚ ਛਪਿਆ ਕਿ ਭਾਵੇਂ ਉਹਨਾਂ ਵਾਪਸ ਦੇ ਲਈ ਹੈ ਪਰ ਇਹ ਕੇਸ ਜਿਹੜਾ ਚੱਲੇਗਾ ਔਰ ਅਸੀਂ ਇਹ ਕੇਸ ਚਲਾਵਾਂਗੇ। ਅੱਜ ਵੀ ਉਹਨਾਂ ਦਾ ਆਇਆ ਜਿਹੜੀ ਇਹ ਅਣਪਛਾਤਿਆਂ ਦੇ ਉੱਤੇ FIR, ਉਹ ਬੰਦੇ ਪਛਾਣ ਗਏ। ਠੀਕ, ਹੈਲੋ, ਚਲਾਉਣ ਵਾਲੇ ਨੇ ਆ ਬੰਦੇ, ਫਲਾਣੇ ਨੇ ਆ ਫਲਾਣੇ ਆ, ਉਹ ਸਾਰੇ ਦੀ ਸਾਰੀ FIR ਜਿਹੜੀ ਨਵੇਂ ਸਿਰਿਓ ਨਵੀਂ ਲਿਖ ਕੇ ਤੇ ਉਹ ਜਿਹੜੀ ਹੈ ਜਿਹਦੇ ਵਿੱਚ IG ਤੇ SSP ਤੇ DSP ਤੇ ਵਗੈਰਾ ਨਾਂ ਤੁਹਾਨੂੰ ਪਤਾ ਪੰਜ ਚਾਰ ਬੰਦਿਆਂ ਦੇ ਨਾਂ ਹੈਗੇ। ਹਾਂਜੀ ਹਾਂਜੀ, ਜਿਹੜੇ ਪੁਲਿਸ ਵਾਲੇ ਸੀਗੇ ਮਤਲਬ ਉਹਨਾਂ ਦੀ। ਹਾਂਜੀ, ਤੇ ਉਹ ਕੇਸ ਹੈ ਜਿਹੜਾ। ਤੀਜਾ ਮਸਲਾ ਉਹਦੇ ਕੇਸ ਸੀ ਕੇ ਪਰਿਵਾਰਾਂ ਨੂੰ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਸਹਾਇਤਾ ਦੀ ਗੱਲ, ਉਹ ਵੀ ਪਬਲਿਕ ਸਾਹਮਣੇ ਹੋ ਗਈ ਸੀ। ਦੂਜੀ ਗੱਲ ਸੀ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਹੈ ਇਹ ਬਣਾਈ ਜਾਵੇ ਤੇ ਮੁੜ ਕੇ ਬਣਾਉਣ ਤੋਂ ਬਾਅਦ ਇਹਨੂੰ ਖੋਲਿਆ ਜਾਵੇ। ਉਹ ਬਣ ਵੀ ਗਈ, ਉਹ ਅਸੈਂਬਲੀ ਚ ਖੁੱਲ ਵੀ ਗਈ। ਹਾਂਜੀ, ਉਹ ਬਣਾਉਣ ਵਾਲੀ ਵੀ ਸਰਕਾਰ ਦੇ ਜੱਜ ਸੀ ਜਿਹੜੇ ਨਿਯਤ ਕੀਤੇ ਹੋਏ ਤੇ ਖੋਲਣ ਵਾਲੀ ਵੀ ਸਰਕਾਰ, ਨਾ ਖੋਲਣ ਵਾਲੇ ਤੇ ਨਾ ਹੀ ਬਣਾਉਣ ਵਾਲੇ, ਪਰ ਅਸੀਂ ਮੰਗ ਰੱਖਣ ਵਾਲੇ ਸਾਂ। ਪਰ ਜਿਹੜੇ ਖੁੱਲ ਵੀ ਗਈ ਹੈ, ਪਹਿਲੀ ਵਾਰੀ ਸੀ ਵੀ ਜਦੋਂ ਅਸੈਂਬਲੀ ਦੇ ਵਿੱਚ ਰਿਪੋਰਟ ਜਿਹੜੀ ਖੁੱਲੀ ਹੈ, ਨਹੀਂ ਤੇ ਅੱਜ ਤੇ ਰਿਪੋਰਟਾਂ ਹੀ ਰਹਿ ਗਈਆਂ, ਪਰ ਫੇਰ ਵੀ ਉਹਨਾਂ ਦੇ ਜਿੱਦਾਂ ਤੁਸੀਂ ਚਾਹੁੰਦੇ ਸੀ ਓਦਾਂ ਕਾਰਵਾਈ ਤਾਂ ਹੋਈ ਨਹੀਂ। ਹਾਂ ਨਹੀਂ ਹੋਈ, ਦੇਖੋ ਮੈਂ ਗੱਲ ਮੈਂ ਤੁਹਾਡੀ ਗੱਲ ਦਾ ਸਹਿਮਤ ਹਾਂ, ਨਹੀਂ ਉਸ ਤਰ੍ਹਾਂ ਜਿਸ ਤਰ੍ਹਾਂ ਕਰਨੀ ਚਾਹੀਦੀ ਸੀ। ਉਹਨਾਂ ਕੋਲ ਖੋਲ ਵੀ ਦਿੱਤੀ ਤੇ ਬਣਾ ਵੀ ਦਿੱਤੀ ਤੇ ਰਿਲੀਜ਼ ਵੀ ਕਰ ਦਿੱਤੀ ਤੇ ਜਿਹੜੇ ਉਹ ਸ਼ਨਾਖਤ ਨਵੇਂ ਸਿਰੇ ਉਹ FIR ਕੱਟ ਕੇ ਤੇ ਉਹਨਾਂ ਦੇ ਨਾਂ ਵੀ ਦੇ ਦਿੱਤੇ, ਇਹ ਵੀ ਹੋਇਆ। ਦੂਜਾ ਜਿਹੜਾ ਕੋਟਕਪੂਰੇ ਦਾ ਮੋਰਚਾ ਮਾਮਲਾ ਸੀ, ਉਹਦੇ ਚ ਪੁੱਛ ਕੇ ਜਿਹੜਾ ਉਹ ਸਾਰਾ ਉਹ ਦਿੱਤੀਆਂ ਹੋਈਆਂ ਸੀ ਜਿਹੜੀਆਂ ਰਿਪੋਰਟਾਂ ਅਸੀਂ ਵੀ ਦਿੱਤੀਆਂ, ਸਰਕਾਰ ਨੇ ਵੀ ਦਿੱਤੀਆਂ। ਹਾਂਜੀ ਹਾਂਜੀ, ਸਿੱਧੂ ਨੇ ਦਿੱਤੀਆਂ ਤੇ ਆਹ ਜਿਹੜੀਆਂ ਫੁਟੇਜ ਹੁੰਦੀਆਂ ਨੇ ਟੀਵੀਆਂ ਬਣੇ ਹੋਏ ਉਹ ਸਾਰਾ ਕੁਛ ਦਿੱਤਾ ਸੀ, ਉਹ ਸਾਰਾ ਕੁਝ ਆਇਆ ਉੱਥੇ। ਦੇਖੋ ਇਹ ਸਾਰੀਆਂ ਸੱਤਾਂ ਹੋਈਆਂ, ਪੰਜਾਬ ਦੇ ਵਿੱਚ ਜਿਹੜੇ ਬੰਦੇ ਸੀ ਉਹ ਰਿਹਾ ਹੋਏ, ਜਿਹੜੇ ਬਾਹਰ ਪੰਜਾਬ ਤੋਂ ਸੀ ਉਹਨਾਂ ਰਿਹਾ ਨਹੀਂ ਕੀਤੇ, ਉਹ ਬਾਹਰ ਦੇ ਬਾਹਰ ਹੀ ਖੜੇ ਆ ਤੇ ਉਹ ਸੈਂਟਰ ਵਿੱਚ ਤੇ ਪੰਜਾਬ ਸਰਕਾਰ ਦੇ ਵਿੱਚ ਅੜਚਣ ਹੈ ਜਾਂ ਇਹਨਾਂ ਦੇ ਵਿੱਚ ਕਮਜ਼ੋਰੀ ਹੈ, ਇਹ ਧੱਕੇ ਨਾਲ ਮੰਗਾ ਨਹੀਂ ਸਕਦੇ ਜਾਂ ਉਹ ਇਹਨਾਂ ਦੀ ਸੁਣਦੇ ਨਹੀਂ ਗੇ ਤੇ ਨਹੀਂ। ਜੇ ਆਪਣੇ ਭਾਈ ਮੋਕਮ ਸਿੰਘ ਜੀ ਤੁਸੀਂ ਬੜੇ ਮਤਲਬ ਹਰ ਖਬਰ ਤੇ ਨਜ਼ਰ ਰੱਖਦੇ ਆ, ਜੇ ਪੰਜ ਪੁਲਿਸ ਵਾਲੇ ਜਿਹੜਿਆਂ ਨੇ ਮਤਲਬ ਝੂਠਾ ਮੁਕਾਬਲਾ ਕੀਤਾ ਸੀ ਉਹਨਾਂ ਨੂੰ ਪਹਿਲਾਂ ਹੀ ਛੱਡਿਆ ਜਾ ਸਕਦਾ, ਪੰਜਾਬ ਸਰਕਾਰ ਉਹਨਾਂ ਨੂੰ ਛਡਾ ਸਕਦੀ ਆ, ਤੇ ਸਾਡੇ ਸਿੰਘਾਂ ਨੂੰ ਕਿਉਂ ਨਹੀਂ ਛਡਾਇਆ ਜਾ ਸਕਦਾ? ਦੇਖੋ ਸਰਕਾਰਾਂ ਬੇਈਮਾਨ ਨੇ, ਤੁਹਾਡੀਆਂ ਸਰਕਾਰਾਂ ਖੋੜੀਆਂ ਨੇ। ਹਾਂ, ਸਰਕਾਰਾਂ ਦੀਆਂ ਸਰਕਾਰਾਂ ਨੇ, ਅਸੀਂ ਸਰਕਾਰਾਂ ਨਾਲ ਲੜ ਸਕਦੇ ਆ, ਲੜ ਰਹੇ ਆ। ਹਾਂਜੀ, ਮੈਂ ਉਹੀ ਗੱਲ ਕਰਦਾ, ਜੇ ਆਪਾਂ ਤੁਸੀਂ ਕਹਿ ਰਹੇ ਸਰਕਾਰਾਂ ਜਾਣਦੀਆਂ ਸਰਕਾਰਾਂ ਜੇ ਪੁਲਿਸ ਵਾਲਿਆਂ ਨੂੰ ਛੱਡ ਸਕਦੀਆਂ ਤੇ ਸਿੰਘਾਂ ਤੇ ਵੀ ਕਾਰਵਾਈ ਕੀਤੀ ਜਾ ਸਕਦੀ ਸੀ, ਜਿਹੜੇ ਵਾਧੇ ਬਰਗਾੜੂ। ਬਿਲਕੁਲ, ਇਸ ਮੋਰਚੇ ਦੀ ਪ੍ਰਾਪਤੀ ਹੈ ਕਿ ਅੱਜ ਤੱਕ DSP ਦੇ ਰੈਂਕ ਦਾ ਕੋਈ ਬੰਦਾ ਨਹੀਂ ਫੜਿਆ ਗਿਆ, ਇਹ ਪਹਿਲੀ ਵਾਰੀ ਹੈ ਜਦੋਂ IG ਦਾ ਰੈਂਕ ਦਾ ਬੰਦਾ ਵੀ ਇਸ ਟ੍ਰਾਂਜੈਂਡਰ ਕੀਤਾ ਗਿਆ। ਹਾਂਜੀ, ਇਹ ਮੋਰਚੇ ਦੇ ਪ੍ਰਾਪਤੀਆਂ ਅਸਲ ਤੇ ਸਾਜੀ ਹੈ ਕਿ ਜਦੋਂ ਅਸੀਂ ਕੇਸ ਵਿਰੋਧ ਹੋ ਜਾਂਦੇ ਹਾਂ, ਹਾਂ, ਸਾਰੀਆਂ ਹੀ ਗੱਲਾਂ ਉਹਦੇ ਪੇਟੇ ਪਾ ਦੇਣੇ ਵੀ ਸਭ ਕੁਝ ਖਤਮ, ਸਾਰਾ ਨਹੀਂ, ਠੀਕ, ਬੰਦੇ ਨਹੀਂ ਆਏ ਜਿਹੜੀਆਂ ਹੋਈਆਂ ਨੇ, ਬੰਦੇ ਗੁਰੂ ਗ੍ਰੰਥ ਸਾਹਿਬ ਵਾਲੇ। ਹਾਂਜੀ, FIR ਨਵੇਂ ਸਿਰੋਂ ਜਿਹੜੀ ਪਹਿਲੀ ਰੱਦ ਕਰਕੇ ਨਵੇਂ ਸਿਰੋਂ ਕਰਾਉਣੀ ਔਰ ਰਿਪੋਰਟ ਜਾਰੀ ਕਰਾਉਣੀ, ਫਿਰ ਉਹਨੂੰ ਖੁਲਾਉਣਾ ਉੱਥੇ ਅਦਾਲਤ ਵਿੱਚ,
ਤੇ ਦੂਜਾ ਜਿਹੜੇ ਬੰਦੇ ਸੀ ਫੜ ਕੇ ਅੰਦਰ ਕੀਤੇ ਬਾਦਲ ਤੱਕ ਬੀਜੇਪੀ ਦੇ ਪੁੱਛਗਿੱਛ ਦੇ ਦਾਇਰੇ ਵਿੱਚ ਲੈ ਕੇ ਆਉਂਦੇ ਜਿਹਨਾਂ ਦੀ ਪੁੱਛਗਿੱਛਾਂ ਚੱਲ ਰਹੀਆਂ ਨੇ। ਪਰ ਬੇਈਮਾਨਾਂ ਨੇ ਸਰਕਾਰਾਂ ਉਹ ਆਪਣੀ ਚਮੜੀ ਬਚਾਉਣ ਲਈ ਆਪਦਾ ਢੰਗ ਲੱਭ ਲਿਆ ਨੇ, ਲੋਕਾਂ ਤੋਂ ਵੀ ਬੁਲਾਈਆਂ ਨੇ, ਸਾਡੇ ਸੰਘਰਸ਼ ਅੱਗੇ ਵੀ ਉਹ ਬੇਵੱਸ ਹੋ ਜਾਂਦੀਆਂ ਕਈ ਵਾਰੀ। ਕਈ ਵਾਰੀ ਜਦੋਂ ਸਾਡੀ ਕੋਈ ਮਾੜੀ ਜਿਹੀ ਕਮਜ਼ੋਰੀ ਹੁੰਦਾ ਰੌਲਾ ਪਾ ਕੇ ਸਾਡੇ ਬੰਦਿਆਂ ਨੇ ਜਿਵੇਂ ਮਤਲਬ ਉੱਥੇ ਗੱਲਬਾਤ ਕਰਕੇ ਆਏ, ਹੋ ਸਕਦਾ ਇਹਨੇ ਇਹ ਤੋਂ ਵੱਧ ਨਾ ਵੀ ਕਰ ਸਕਦੇ ਹੁੰਦੇ ਜਾਂ ਕੋਈ ਮਜਬੂਰੀ ਵੀ ਹੁੰਦੀ ਉਹਨਾਂ ਦੀ, ਉਹਨਾਂ ਨੂੰ ਪਤਾ। ਪਰ ਉਹਨਾਂ ਨੇ ਆਪਣੀ ਇਮਾਨਦਾਰੀ ਨਾਲ ਕੀਤੀ ਹੈ। ਮੈਂ ਅੱਜ ਕੱਲ੍ਹ ਸੰਤੁਸ਼ਟ ਹਾਂ, ਬੇਸ਼ੱਕ ਉਹ ਮੈਂ ਉਹ ਗੱਲਬਾਤ ਦਾ ਹਿੱਸਾ ਨਹੀਂ ਸੀ, ਠੀਕ ਹੈ, ਯੂਨਾਈਟਿਡ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਤੁਹਾਡੀ ਮੀਟਿੰਗ ਵੀ ਹੋਈ ਹੈ, ਜਿੱਦਾਂ ਮਸਲੇ ਤੁਸੀਂ ਪੂਰੇ ਸੰਘਰਸ਼ ਦੇ ਵਿੱਚ 1984 ਤੋਂ ਲੈ ਕੇ 1978 ਜਾਂ ਪਹਿਲਾਂ ਤੋਂ ਵੀ ਹਰ ਗੱਲ ਤੋਂ ਵਾਕਫ ਆ ਵੀ ਜਿਹੜਾ ਕਪੂਰੀ ਦਾ ਮੋਰਚਾ ਲੱਗਾ ਸੀ, ਪਾਣੀਆਂ ਦਾ ਲੱਗਾ ਸੀ, ਉਹ ਗੱਲਾਂ ਮਤਲਬ 84 ਵੀ ਵਾਪਰ ਗਈ, 78 ਵੀ ਵਾਪਰ ਗਿਆ, ਉਦੋਂ ਬਾਅਦ ਅੱਜ 2015 ਦਾ ਸਰਬੱਤ ਖਾਲਸਾ ਵੀ ਹੋ ਗਿਆ, ਬਰਗਾੜੀ ਮੋਰਚਾ ਵੀ ਲੰਘ ਗਿਆ, ਲੇਕਿਨ ਅੱਜ ਮੁੜ ਕੇ ਉਹ ਪਾਣੀਆਂ 'ਤੇ ਗੱਲ ਆ ਕੇ ਫੇਰ ਖੜ ਗਈ ਆ, ਅਤੇ ਯੂਨਾਈਟਿਡ ਅਕਾਲੀ ਦਲ ਹੁਣ ਕੀ ਕਰੂਗਾ? ਦੇਖੋ ਯੂਨਾਈਟਿਡ ਅਕਾਲੀ ਦਲ ਦਾ ਅੱਜ ਵੀ ਸਾਡੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਪ੍ਰੋਗਰਾਮ ਬਣਾਇਆ, ਪਰ ਅਜੇ ਪ੍ਰੈਸ ਨੂੰ ਅਜੇ ਜਾਰੀ ਨਹੀਂ ਕੀਤਾ। ਸ਼ਾਇਦ ਦੋ ਦਿਨਾਂ ਦੇ ਵਿੱਚ ਪ੍ਰੈਸ ਨੂੰ ਪਾਣੀਆਂ ਦੇ ਮਾਮਲੇ 'ਚ ਪ੍ਰੋਗਰਾਮ ਜਿਹੜਾ ਜਾਰੀ ਕਰ ਰਹੇ ਹਾਂ, ਠੀਕ, ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਅੱਜ ਵੀ ਸਾਡੀ ਇਸ ਸੰਬੰਧ ਕਿੱਦਾਂ ਦਾ ਪ੍ਰੋਗਰਾਮ ਹੋਗਾ ਤੁਹਾਡਾ, ਕੀ ਪ੍ਰੋਗਰਾਮ ਦੇ ਰਹੇ ਹੋ? ਉਹ ਆਪਣੇ ਭਾਈ ਬਹਾਦਰ ਸਿੰਘ ਅਸੀਂ ਇਕੱਠੇ ਬੈਠੇ ਸਾਂ ਸਾਰੇ, ਰਾਹੋਂ ਸਾਹਿਬ ਅਸੀਂ ਵਿਚਾਰ ਰਹੇ ਹਾਂ, ਬਾਕੀ ਸਿੰਘ ਸਾਰਿਆਂ ਨਾਲ, ਹੋਰਨਾਂ ਨਾਲ ਵੀ ਸਾਡੇ ਮੀਟਿੰਗ ਅੱਜ ਇਸ ਇਸ਼ੂ ਤੇ ਹੋਈ। ਇਹ ਪਾਣੀ ਦਾ ਮਾਮਲਾ ਹੈ, ਪਰ ਇਹਦੇ ਤੇ ਜਿੰਨਾ ਚਿਰ ਨਿਰਧਾਰਤ ਤੌਰ ਤੇ ਅਸੀਂ ਬਿਆਨ ਪ੍ਰੈਸ ਨੂੰ ਜਾਰੀ ਨਹੀਂ ਕਰ ਸਕਦੇ, ਮੈਂ ਉਹਨਾਂ ਚਿਰ ਤੁਹਾਨੂੰ ਕੁਛ ਨਹੀਂ ਕਹਿ ਸਕਦਾ। ਪਾਣੀਆਂ ਦੇ ਇਸ਼ੂ ਤੇ ਸਾਡੀ ਗੱਲ ਚੱਲੀ ਸੀ, ਬਹੁਤ ਗੰਭੀਰ ਚੱਲੀ ਸੀ, ਔਰ ਇਹਦੇ ਤੇ ਕੋਈ ਸਾਨੂੰ ਕਰਨਾ, ਇਸ ਤੋਂ ਨਹਿਰ ਦੇ ਉੱਤੇ ਵੀ ਮਾਮਲੇ ਦੇ ਉੱਤੇ ਸਾਰਾ ਇਹ ਸਾਰਾ ਚੱਲਿਆ ਸਾਡਾ। ਇੱਕ ਤਾਜ਼ਾ ਘਟਨਾ ਵਾਪਰੀ ਹੈ, ਸਮਝਦੇ ਹਾਂ ਕਿ ਹੋ ਕੀ ਰਿਹਾ, ਟੈਂਸ਼ਨ ਚ ਰੱਖ ਕੇ ਚੱਲਣਾ ਪਏਗਾ। ਠੀਕ ਹੈ, ਪੰਜਾਬ ਪਿਛਲੀ ਸਰਕਾਰ ਜਿਹੜੀ ਕਾਹਲੀ ਸਰਕਾਰ, ਠੀਕ, ਪੰਜਾਬ ਸਰਕਾਰ, ਠੀਕ, ਦੋਨਾਂ ਵਿੱਚ ਕਮਜ਼ੋਰੀ ਹੈ, ਠੀਕ ਹੈ। ਕਾਂਗਰਸ ਸਰਕਾਰਾਂ ਪਾਣੀ ਸਾਡਾ ਖੋਹ ਕੇ ਲਗਾਈਆਂ ਨੇ ਪਹਿਲਾਂ ਤੋਂ ਲੈ ਕੇ, ਜਾਂ ਗਿਆਨੀ ਜੈਲ ਤੋਂ ਦਰਬਾਰਾ ਸਿੰਘ ਦੇ ਨਹਿਰ ਦਾ ਜਿਹੜਾ ਇੰਦਰਾ ਗਾਂਧੀ ਨੇ ਜਾਂ ਜੋ ਹੋਇਆ, ਅਕਾਲੀ ਦਲ ਨੇ ਵੀ ਰਾਜੀਵ ਲੌਂਗੋਵਾਲ ਸਮਝੌਤੇ ਜੈਲ ਤੋਂ ਨਹਿਰ ਕੱਢ ਕੇ ਕੱਢਣ ਦਾ ਵਾਅਦਾ ਕੀਤਾ ਲੌਂਗੋਵਾਲ ਨੇ, ਨਾਲੇ ਨੇ ਮੁੜ ਕੱਢੀ ਸੀ। ਬਾਦਲ ਨੇ ਮਤਲਬ ਹੈ ਕਿ ਉਹ ਪਾਣੀ ਦੇ ਮਾਮਲੇ 'ਚ ਜਿਹੜਾ ਅਗਾਹ ਧੋਖਾ ਕੀਤਾ, ਉਹ ਵੀ ਤੁਹਾਡੇ ਸਾਹਮਣੇ ਨੰਗਾ ਹੋ ਗਿਆ, ਹੋ ਜਾਏਗਾ ਉਹ। ਔਰ ਕਾਂਗਰਸ ਦੀ ਜਿਹੜੀ ਕਮਜ਼ੋਰੀ ਹੈ, ਜਿਹੜਾ ਚਾਰ ਸੈਕਟਰ ਨੇ ਮਤਾ ਪਾਇਆ ਸੀ ਕਿ ਅਸੀਂ ਪਾਣੀ ਵਾਲਾ ਸਮਝੌਤਾ ਰੱਦ ਕਰਦੇ ਹਾਂ, ਨਾਲ ਇੱਕ ਇਹ ਪਾਰਟੀ ਜਿਹੜਾ ਪਾਣੀ ਜਾ ਰਿਹਾ ਅਸਲ ਤੋਂ ਬੰਦ ਨਹੀਂ ਕਰਾਂਗੇ, ਜਿਹੜਾ ਰਾਜਸਥਾਨ ਜਾ ਰਿਹਾ ਇਹ ਨਿਰਣਾ ਹੈ ਨੀ, ਬੜੀ ਕਲੀਅਰ ਹੈ। ਠੀਕ ਹੈ, ਅਸਲ ਵਿੱਚ ਕਹਾਣੀ ਹੈ ਕਿ ਜਿਹੜਾ ਉਹ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਪੰਜਾਬ ਦਾ ਹਿੱਸਾ ਸੀ, ਠੀਕ, ਤੇ ਪੰਜਾਬ ਤੋਂ ਹਰਿਆਣਾ ਸਟਾਰ ਚ ਵੱਖਰਾ ਕੀਤਾ ਗਿਆ। ਉਹ ਕਹਿੰਦੇ ਵੀ 60% ਪੰਜਾਬ ਚ ਰਿਹਾ, 40% ਉੱਧਰ ਗਿਆ, ਜਿਵੇਂ 117 MLA ਇੱਥੇ ਦੇ ਆ, 90 ਉੱਥੋਂ ਦੇ ਆ, ਯਾਨੀ ਕਿ ਲਗਭਗ 60-40 ਦੇ ਅਨੁਪਾਤ ਦੇ ਨਾਲ ਇਹਨਾਂ ਦੀ ਵੰਡ ਹੋਈ ਹੈ ਦੋ ਸੂਬਿਆਂ ਦੀ। ਉਹ ਕਹਿੰਦੇ ਜੀ ਉਹ ਪੰਜਾਬ ਦਾ ਹਿੱਸਾ ਸੀ, ਪਰ ਪ੍ਰੋਬਲਮ ਸਾਡੇ ਨਾਲ ਕੀ ਹੋ ਰਹੀ ਹੈ, ਸਾਡੇ ਨਾਲ ਧੱਕਾ ਕੀ ਹੋ ਰਿਹਾ, ਮੰਨ ਵੀ ਲਓ ਕਿ 60-40 ਦੇ ਅਨੁਪਾਤ ਸੀ, ਪਰ 60-40 ਵਿੱਚ ਪੰਜਾਬ ਦੀ ਹੱਦ ਜਿਹੜੀ ਜਮੁਨਾ ਨਦੀ ਦੇ ਕਿਨਾਰੇ ਲੱਗ ਗਈ। ਠੀਕ ਹੈ, ਨਹੀਂ ਪਹਿਲੀ ਗੱਲ ਤਾਂ ਪਾਣੀ ਪੰਜਾਬ ਕੋ ਹੈਗਾ ਦੇਣ ਵਾਸਤੇ, ਅੱਜ ਹਰਿਆਣੇ ਦੀ ਜਿਹੜੀ ਮਤਲਬ ਕਿ ਦੀਵਾਰ ਹੈ ਜਾਂ ਹਰਿਆਣੇ ਦੀ ਹੱਦ ਹੈ ਉਹ ਜਮੁਨਾ ਤੇ ਹੈ, ਜਮੁਨਾ ਪਾਣੀ ਦਾ ਯੂਪੀ ਦਾ ਹੱਕ ਹੈ, ਅੱਧੀ ਦੇ ਉੱਤੇ ਪੰਜਾਬ ਦਾ ਹੱਕ, ਠੀਕ ਹੈ, ਕਿਉਂਕਿ ਪੰਜਾਬ ਸਾਰਾ ਸਾਂਝਾ ਮੰਨ ਲਈਏ, ਜਮੁਨਾ ਦੇ ਪਾਣੀ ਦਾ ਅੱਧ
ਘੱਗਰ ਦਰਿਆ ਦਾ ਅੱਧ, ਇਹਦੇ ਚ ਸਾਨੂੰ ਦੁੱਕੀ ਤੇ ਇੱਕ ਤੋਕਾ ਨੀ ਲੈ ਕੇ ਦੇ ਰਹੇ ਅਕਾਲੀ ਦਲ ਤੇ ਕਾਂਗਰਸ ਵਾਲੇ। ਠੀਕ ਹੈ, ਤੋਕਾ ਵੀ ਜਿਹੜੇ ਪੰਜਾਬ ਦੇ ਪਾਣੀ ਨੇ ਉਹਨਾਂ ਚੋਂ ਕਹਿੰਦੇ ਇਕੱਲਿਆਂ ਪਾਣੀ ਪੰਜਾਬ ਦੀਆਂ ਰਾਵੀ ਬਿਆਸ ਤੇ ਸਤਲੁਜ ਦੇ ਵਿੱਚ 40% ਅਸੀਂ ਲੈ ਕੇ ਜਾਣਾ ਹੈ। ਪ੍ਰੋਬਲਮ ਇਹ ਆ ਕਿ ਜਮਣਾ ਵਾਲਾ ਪਾਣੀ ਜਿਹੜਾ ਅੱਧਾ ਉਹ ਤੇ ਘੱਗਰ ਦਰਿਆ ਦਾ ਤੇ ਇਹ ਉਹਨਾਂ ਦੇ ਪੇਟੇ ਪਾਇਆ ਜਾਵੇ ਤੇ ਜਿਹੜਾ ਬਕਾਇਆ ਕੋਈ ਥੋੜਾ ਬਹੁਤ ਹੈਗਾ ਜੇ ਘੱਟ ਰਹੇ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਚੁਣ ਕੇ ਭੇਜਦੇ ਆ, ਠੀਕ ਹੈ, ਜਿਨ੍ਹਾਂ ਨੂੰ ਭੇਜਿਆ ਉਹ ਪੰਜਾਬ ਦੇ ਹਿੱਤਾਂ ਲਈ ਨਹੀਂ ਲੜਦੇ, ਉਹ ਆਪਣੇ ਜਾਤੀ ਹਿੱਤਾਂ ਲਈ ਲੜਦੇ ਆ। ਬਾਦਲ ਨੇ ਮਤਲਬ ਸਰਕਾਰ ਵਿੱਚ ਗੰਦੀ ਗੇਮ ਧੁੱਪਾਂ ਖੇਡੀ, ਉਹ ਕੀ ਖੇਡੀ ਕਿ ਨਰਵਾਣਾ ਜੇਲ ਦੇ ਜਿਹੜੀ ਨਹਿਰ ਹੈ ਰਾਜਪੁਰੇ ਤੋਂ ਅੱਗੇ 5-4 ਕਿਲੋਮੀਟਰ ਤੇ ਜਾ ਕੇ ਵੱਡੀ ਨਹਿਰ ਦੇ ਵਿੱਚੋਂ ਇੱਕ ਪਾਣੀ ਕੱਢ ਕੇ ਤੇ ਜਿਹੜੀ ਐਸਓਈ ਨਹਿਰ ਹਰਿਆਣੇ ਚ ਮੁਕੰਮਲ ਹੋ ਚੁੱਕੀ ਉਹਦੇ ਵਿੱਚ ਪਾਣੀ ਵੀ ਵਗਣ ਡਿਆ, ਸਿਰਫ ਪੰਜਾਬ ਦੇ ਅੰਦਰ ਪਾਣੀ ਸਾੜ ਕੁੱਜੀਆਂ ਨੇ ਉਹ ਬੰਦ ਕਰਾਤੀ ਨਹਿਰ ਨਿਕਲਣੀ। ਠੀਕ ਹੈ, ਹੋਇਆ ਕਿ ਬਾਦਲ ਸਰਕਾਰ ਨੇ ਹਰਿਆਣੇ ਦੇ ਵਿੱਚ ਉਹਨਾਂ ਨਾਲ ਇਹ ਸਮਝੌਤਾ ਕਰ ਲਿਆ ਕਿ ਜਿਹੜੀ ਨਹਿਰ ਹੈ ਆਪਣੀ ਜਿਹਨੂੰ ਆਪਾਂ ਕਹਿ ਦਿੰਦੇ ਭਾਖੜਾ ਨਹਿਰ, ਯਾਰ ਨੀਲੇ ਰੰਗ ਦਾ ਚੱਲਦਾ ਆਪਾਂ ਤੁਸੀਂ ਰੋਜ਼ ਵੇਹਨੇ ਆਪਾਂ ਫਤਿਹਗੜ੍ਹ ਸਾਹਿਬ ਦੇ ਲਾਗੇ ਜਾ ਕੇ ਵੀ, ਠੀਕ, ਉਹ ਨਹਿਰ ਦੇ ਵਿੱਚ ਉਹਦਾ 1.5-1.5 ਫੁੱਟ ਉੱਚੀ ਕਰਨੀ ਹੈ। ਅੱਛਾ, ਕੀ ਹੈ ਫੱਤੇ ਵਾਲੇ ਪਾਸੋਂ ਜਿਹੜੀ 1 ਫੁੱਟ ਚੌੜੀ ਹੈ ਉੱਤੋਂ ਜਾ ਕੇ ਉਹ 30 ਫੁੱਟ ਜਾ ਚੌੜੀ ਹੋ ਜਾਏਗੀ, ਇਹਨਾਂ ਮਤਲਬ ਕਿ ਜਿਹੜਾ ਥੱਲੇ ਕਿੰਨੇ ਫੁੱਟਾਂ ਚ ਪਾਣੀ ਜਾਣਾ ਉੱਪਰਲੇ 1.5 ਫੁੱਟ ਦੇ ਚ ਉਹਨਾਂ ਪਾਣੀ ਜਾ ਸਕਦਾ ਪੰਜਾਬ। ਠੀਕ ਹੈ, ਇੱਥੇ ਲੈ ਕੇ ITI ਗਈ ਹੈ ਜਿਹੜੀ ਰਿਪੋਰਟ ਲਈ ਹੈ ਉਹ ਕਿਸੇ ਨੇ ਉਹ ਕਲੀਅਰ ਹੋ ਗਿਆ ਹਰਿਆਣਾ ਸਰਕਾਰ ਨੇ ਕਿਹਾ ਜੀ ਆਪਾਂ ਨੂੰ ਪਾਣੀ ਆ ਰਿਹਾ 1.5 ਫੁੱਟ ਉੱਪਰਲੇ ਪਾਸੇ ਉੱਚਾ ਉੱਚੀ ਕਰਤੀ ਨਹਿਰ। ਨਹੀਂ ਮਤਲਬ ਜਿਹੜਾ ਚਾਹੇ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਹਰਿਆਣਾ ਜਾ ਰਿਹਾ ਇਹਨੂੰ ਰੋਕਾਂਗੇ ਕਿੱਦਾਂ, ਰੋਕਣ ਦਾ ਤਰੀਕਾ ਕੀ ਆ, ਕਿੱਥੇ ਜੰਮਣੀ ਆ ਇਹ ਸਾਰੀ ਠੱਗੀ ਵੱਜ ਰਹੀ ਹੈ। ਦੋਵੇਂ ਪਾਰਟੀਆਂ ਰਲ ਕੇ ਵੱਜ ਰਹੀਆਂ, ਦਿੱਲੀ ਨੂੰ ਖੁਸ਼ ਰੱਖਦੇ ਆ ਸਾਡੀ ਸਰਕਾਰ ਆ ਜਾਏ ਸਾਡੀ ਆ ਜਾਏ। ਠੀਕ ਹੈ, ਸਮੱਸਿਆ ਭਾਈ ਮੋਕਮ ਸਿੰਘ ਜੀ, ਉਹਨਾਂ ਦੀ ਸਥਿਤੀ ਇਹ ਆ ਕਿ ਪਹਿਲੀ ਗੱਲ ਤਾਂ ਸਾਡੀ ਏਕਤਾ ਦੀ ਸਮੱਸਿਆ ਹੈ, ਸਾਡੀ ਸਮੱਸਿਆ ਇਹ ਹੈ ਕਿ ਸਾਡੀ ਸਮਝ ਦੀ ਸਮੱਸਿਆ ਹੈ, ਤੀਜੀ ਸਾਡੀ ਸਮੱਸਿਆ ਜਿਹੜੀ ਇਹ ਆ ਕਿ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਲੜਨ ਦੀ ਬਜਾਏ ਅਸੀਂ ਮੁੱਦਾ ਲੜਦੇ ਹਾਂ, ਤੇ ਦੂਜੇ ਪਾਸੇ ਜੇ ਆਪਾਂ ਖਤਮ ਕਰ ਦਿਆਂਗੇ, ਇੱਕ ਤਾਂ ਪਾਣੀਆਂ ਦਾ ਮਸਲਾ, ਦੂਜਾ ਨਸ਼ਿਆਂ ਦਾ ਅੱਗੇ ਨਾਲੋਂ ਵੀ ਵੱਧ ਗਿਆ ਆ, ਗੋਟਕਾ ਸਾਹਿਬ ਦੀ ਲੈ ਕੇ ਸਹੁੰ ਖਾਧੀ ਆ, ਲੇਕਿਨ ਉਹਦੇ ਲਈ ਜੰਮੂ ਦਾ ਅਕਾਲੀ ਦਲ ਕੀ ਕਰ ਰਿਹਾ? ਮਾਰਚ ਕੀਤੇ ਸੀ ਬਹੁਤ ਲੰਮੇ ਸਾਰੇ ਪੰਜਾਬ ਦੇ ਪਿੰਡ ਪਿੰਡ ਘੁਮਾ ਕੇ ਉਦੋਂ ਸਿੰਘ ਸਾਹਿਬ ਦੇ ਨਾਲ ਸਾਰੇ ਸਾਰੇ ਪੰਜਾਬ ਦੇ ਮਾਰਚ ਕੀਤੇ ਸੀ ਨਸ਼ਿਆਂ ਦੇ ਵਿਰੋਧ ਵਿੱਚ, ਫਿਰ ਉਹਦੇ ਬਾਅਦ ਗ੍ਰੰਥੀਆਂ ਪਾਰਟੀਆਂ ਦੀਆਂ ਮੀਟਿੰਗਾਂ ਥਾਂ ਥਾਂ ਤੇ ਸੱਦ ਕੇ ਤੇ ਉਹਨਾਂ ਨੂੰ ਕਿਹਾ ਸੀ ਤੁਸੀਂ ਇਸ ਬਾਰੇ ਦੱਸੇ ਪ੍ਰਚਾਰ ਕਰੋ ਲੋਕਾਂ ਦੇ ਵਿੱਚ, ਯਾਨੀ ਕਿ ਉਹਨਾਂ ਨੂੰ ਇਸ ਬਾਰੇ ਜਾਗਰੂਕ ਕੀਤੀ ਤੇ ਦੁਬਾਰਾ ਸਾਰੇ ਪੰਜਾਬ ਦੇ ਦੁਆਰਾ ਇਹ ਗੇਮ ਕੀਤੀ। ਇਹਦੇ ਦਰਮਿਆਨ ਹੀ ਮਤਲਬ ਇਹ ਮਸਲਾ ਜਿਹੜਾ ਮੋਰਚਾ ਮੁੜ ਕੇ ਲੱਗ ਗਿਆ, ਮੋਰਚੇ ਚਲੇ ਗਏ, ਉਹਦੇ ਤੋਂ ਬਾਅਦ ਹਾਲਾਤ ਆਪਸੀ ਥੋੜੇ ਤਣਾਅਪੂਰਨ ਸੀ, ਸਚਾਈ ਜਿਹੜੀ ਹੈ ਤੇ ਉਹਦੇ ਬਾਅਦ ਸੁਣਾ ਗਈ ਹੈ ਹੁਣ ਵੀ ਹੁਣ ਸਾਡੇ ਸਾਹਮਣੇ ਸਾਰਾ ਕੁਛ। ਠੀਕ ਹੈ,
ਭਾਈ ਮੋਹਨ ਸਿੰਘ ਜੀ, ਇੱਕ ਰਾਤੀ ਘਟਨਾ ਵਾਪਰੀ ਆ ਬਰਗਾੜੀ ਦੇ ਵਿੱਚ। ਨੌਜਵਾਨ ਸਿੱਖ ਮਤਲਬ ਪ੍ਰਚਾਰਕ ਭਾਈ ਪ੍ਰਿਤਪਾਲ ਸਿੰਘ, ਉਹਨਾਂ ਤੇ ਗੋਲੀਆਂ ਨਾਲ ਹਮਲਾ ਹੋਇਆ ਕਾਰ ਦੇ ਉੱਪਰ, ਉਹਦੇ ਬਾਰੇ ਹੈ ਤੁਹਾਨੂੰ ਜਾਣਕਾਰੀ ਬਈ? ਉਹਦੇ ਨੌਜਵਾਨ ਤੇ ਹਮਲਾ ਹੋਇਆ। ਸਵੇਰ ਦਾ ਅਸੀਂ ਬਾਹਰ ਨਿਕਲੇ ਹੋਏ ਆ, ਹਾਂ ਮੈਂ ਅਖਬਾਰ ਨਾ ਤਾਂ ਟੀਵੀ ਤੇ ਅੱਗੇ ਜਾ ਕੇ ਦੇਖਿਆ, ਨਾ ਮੈਨੂੰ ਅਜੇ ਤੱਕ ਤੁਹਾਡੇ ਪਤਾ ਲੱਗਾ। ਠੀਕ ਹੈ, ਜਾਣੀ ਉਹਦੇ ਬਾਰੇ ਨਹੀਂ ਗੀ ਜਾਣਕਾਰੀ ਤੁਹਾਡੇ। ਠੀਕ ਹੈ ਜੇ, ਆਪਣੇ ਯੂਨਾਈਟਿਡ ਅਕਾਲੀ ਦਲ ਵੱਲੋਂ ਹੋਰ ਆਵਾਜ਼ ਕੌਮ ਦੇ ਦਰਸ਼ਕਾਂ ਨੂੰ, ਬਾਹਰ ਬੈਠੇ ਸਿੱਖਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਵੀ ਕੀ ਕਿਵੇਂ ਤੁਸੀਂ ਪੰਜਾਬ ਦੇ ਵਿੱਚ ਤਬਦੀਲੀ ਲਿਆ ਸਕਦੇ ਆ, ਜਿਹੜੀ ਲੋਕ ਲਹਿਰ ਬਣਾ ਸਕਦੇ ਆ? ਦੇਖੋ, ਲੋਕ ਲਹਿਰ ਬਾਰੇ ਅਸੀਂ ਤੁਹਾਨੂੰ ਪਤਾ ਨਾ ਸੀ ਕਿ ਯੂਨਾਈਟਿਡ ਅਕਾਲੀ ਦਲ ਇੱਕ ਐਸੀ ਜਥੇਬੰਦੀ ਹੈ ਜਿਹਨੇ ਕਦੇ ਲੋਕਾਂ ਨੂੰ ਬਾਹਰ ਇਹ ਅਪੀਲ ਨਹੀਂ ਕੀਤੀ ਕਿ ਸਾਨੂੰ ਸਵਾਨੀ ਭੇਜੋ, ਪਰ ਸਾਡੀ ਲੜਾਈ ਲੜਨ ਤੋਂ ਅਸਮਰੱਥ ਹੈ। ਠੀਕ, ਅਸੀਂ ਫਿਰ ਮਜਬੂਰ ਆ, ਬਿਲਕੁਲ ਸੱਚਾਈ ਹੈ ਕਿ ਅਸੀਂ ਅਸਮਰੱਥ ਹੋਏ ਪਏ ਹਾਂ, ਲੜ ਲੜ ਕੇ ਥੱਕੇ ਪਏ ਹਾਂ। ਠੀਕ ਹੈ, ਮੈਂ ਆਪਣਾ ਮਨ ਜਿਹੜਾ ਸੀ ਬਣਾ ਲਿਆ ਸੀ ਮੋਰਚੇ ਤੋਂ ਬਾਅਦ, ਮੈਂ ਖਮੋਸ਼ ਹੋ ਕੇ ਘਰੇ ਬਹਿ ਗਿਆ। ਤੁਸੀਂ ਦੇਖਿਆ ਨਾ, ਮਤਲਬ 6 ਮਹੀਨੇ 'ਚ ਮੇਰਾ ਕੋਈ ਬਿਰਲਾ ਗਿਆਨ ਦਿੱਤਾ ਹੋਊਗਾ, ਉਹ ਵੀ ਕਿਸੇ ਨੇ ਲਾਤਾ ਵੱਖਰੀ ਗੱਲ, ਮੈਂ ਗਿਆਨ ਨਹੀਂ ਦਿੱਤਾ। ਹੁਣ ਮੈਂ ਦੋ ਗਿਆਨ ਦਿੱਤੇ, ਮੈਂ ਮਜੂਸ ਸੀ, ਇਹ ਨਹੀਂ ਹੈਗਾ ਨੀ, ਮਤਲਬ ਕਿ ਇੰਨੀ ਲੜਾਈ ਲੜ ਕੇ ਇੰਨੀ ਸਿਖਰ ਤੇ ਲੈ ਗਏ, ਇੰਨੀ ਸਿਖਰ ਤੇ ਲੈ ਗਏ ਕਿ ਅਸੀਂ ਜੇ ਉਹਨੂੰ ਸਹੀ ਢੰਗ ਨਾਲ ਉਹਨੂੰ ਅਸੀਂ ਚੱਲ ਜਾਂਦੇ, ਇਹ ਸਾਡਾ ਬਹੁਤ ਵੱਡੀ ਪ੍ਰਾਪਤੀ ਸੀ। ਪਰ ਕੀ ਹੁੰਦਾ ਕਿ ਜਿਹੜੇ ਲੋਕ ਕਈ ਐਸੇ ਹੁੰਦੇ ਨੇ, ਉਹ ਪ੍ਰਾਪਤੀ ਨੂੰ ਛੁਪਾ ਦਿੰਦੇ ਨੇ। ਯੂਰੀਅਮ ਦੀ ਥੋੜੀ ਵਾਲੀ ਮੰਨ ਲਓ 80% ਜਾਂ 90% ਪ੍ਰਾਪਤੀ ਉਹਨੂੰ ਲਗਾ ਦਿਓ, ਜਿਹੜੇ 10% ਕਮਜ਼ੋਰੀ ਉਹਦਾ ਰੌਲਾ ਪਾ ਦਿਓ। ਠੀਕ ਹੈ, ਇਹ ਸਮੱਸਿਆ ਜਿਹੜੀ ਹੈ ਉਹ ਇਹ ਸਰਕਾਰਾਂ ਦੀ ਲੋੜ ਹੈ, ਤੇ ਬਾਦਲਾਂ ਦੀ ਵੀ ਲੋੜ ਹੈ, ਤੇ ਕਾਂਗਰਸੀਆਂ ਦੀ ਤੇ ਭਾਜਪਾ ਦੀ ਵੀ ਲੋੜ ਹੈ, ਉਹ ਪੂਰੀ ਕਰਨ ਲਈ ਸਾਡੀਆਂ ਪੰਥ ਧਿਰਾਂ ਜਿਹੜੇ ਛੋਟੇ ਛੋਟੇ ਜਜ਼ਬਾਤੀ ਬੰਦੇ ਨੇ ਉਹ ਇਸ ਰੋਲ ਅਦਾ ਕਰਦੇ ਆ। ਇਹਦਾ ਦੋਸ਼ ਨਹੀਂ ਲਾ ਸਕਦੇ ਕਿਉਂਕਿ ਝੂਠੇ ਹੁੰਦੇ ਨੇ ਸਰਕਾਰਾਂ ਵਾਲੇ ਦੂਜੇ, ਉਹ ਸਾਡੇ ਤੇ ਰੌਲਾ ਪਾਉਂਦੇ ਆ। ਮਸਲੇ ਆ ਕਿ ਜਿਹੜੇ 80% ਦੀ ਪ੍ਰਾਪਤੀ ਉਹ ਲਗਾ ਦੇ, ਉਹਨਾਂ ਜ਼ਿਕਰ ਨਹੀਂ ਕਰਨਾ, 10-15% ਦੀ ਕਮਜ਼ੋਰੀ ਉਹਦਾ ਰੌਲਾ ਇੰਨਾ ਪਾ ਦੋ ਤਾਂ ਕਿ ਲੋਕਾਂ ਦਾ ਵਿਸ਼ਵਾਸ ਉੱਡ ਜਾਏ ਇਹਨਾਂ ਦਾ। ਇਹ ਕੁਛ ਆਪਣੇ ਦੇ ਵਿੱਚ ਚੱਲਦਾ ਹੈ ਤੇ ਚੱਲ ਰਿਹਾ ਹੈ। ਮੈਂ ਇਸ ਗੱਲ ਤੋਂ, ਸੱਚੀ ਗੱਲ ਹੈ ਕਿ ਮੈਂ ਆਪਣੀ ਜ਼ਿੰਦਗੀ 78 ਵਿੱਚ ਵੀ ਜੱਜੀ ਹੋਇਆ ਸੀ, ਮੇਰਾ ਭਰਾ ਵੀ ਜੱਜੀ ਹੋਇਆ ਸੀ, ਪਰ ਉਦੋਂ ਤੋਂ ਲੈ ਕੇ ਲੜਾਈ ਲੜਦੇ ਆ ਰਹੇ ਹਾਂ। ਪਰ ਮੈਂ ਇਸ ਹੁਣ ਮੋਰਚੇ ਤੋਂ ਬਾਅਦ ਬਹੁਤ ਮਜੂਸ ਸੀ ਕਿ ਉਹਨਾਂ ਬੰਦਿਆਂ ਨਾਲ ਬੈਠ ਕੇ ਗੱਲਬਾਤ ਕਰਕੇ ਸੱਚਾਈ ਕੱਢਣ ਦੀ ਕੋਸ਼ਿਸ਼ ਕਰਨ ਦੀ ਬਜਾਏ ਰੌਲਾ ਇੰਨਾ ਪਾਤਾ ਤੇ ਕਿਹੜੀ ਗੱਲ ਹੀ ਨਹੀਂ ਸੁਣ। ਠੀਕ ਹੈ, ਸੁਣਨ ਵਾਲੇ ਪਾਸੇ ਗਏ, ਅਸੀਂ ਮੰਨਦੇ ਹਾਂ ਵੀ ਕਮਜ਼ੋਰੀ ਹੋਈ ਉਹਨਾਂ ਤੋਂ। ਸਰ, ਕਮਜ਼ੋਰੀ ਕਿਸ ਹਾਲਾਤ 'ਚ ਹੋਈ, ਕਿੰਨੀ ਹੋਈ, ਉਹਦਾ ਕੋਈ ਜ਼ਿਕਰ ਨਹੀਂ। ਪ੍ਰਾਪਤੀ ਦਾ ਤਾਂ ਨਾ ਹੀ ਨਹੀਂ ਵੀ ਉਹਨਾਂ ਕੋਲ ਪ੍ਰਾਪਤੀ ਕੀਤੀ ਆ, ਜਥੇਦਾਰ ਮੋਹਰੇ ਸੀਗੇ, ਕਿਉਂ ਨੀ ਦੱਸਿਆ ਇਹ ਗੱਲਾਂ? ਕਦੇ ਨੀ ਦੱਸਿਆ, ਨਾ ਮਾਰਿਆ, ਨਾ ਕਿਤੇ ਕੋਈ ਮੁਜ਼ਾਹਰਾ ਕੀਤਾ, ਨਾ ਕਿਸੇ ਜਗ੍ਹਾ ਤੇ ਕੋਈ ਸੰਘਰਸ਼ ਪਾ ਦਿੰਦੇ ਆ, ਸਿਰਫ ਆਪਣੇ ਕਮਰੇ 'ਚ ਬੈਠ ਕੇ ਬਿਆਨ ਜਾਰੀ ਕਰ ਦਿੰਦੇ ਆ। ਉਹ ਬੰਦੇ ਜਿਹੜੇ ਆ ਉਹ ਸਾਡੇ ਸੰਘਰਸ਼ ਦਾ ਇਸ ਤਰ੍ਹਾਂ ਲੋਕਾਂ ਦੇ ਵਿੱਚ ਤੇ ਸਰਕਾਰ ਨਹੀਂ। ਉਦੋਂ ਮੈਂ ਇਹ ਸਵਾਲ ਕਰ ਰਿਹਾ ਤੁਹਾਨੂੰ ਵੀ ਕਮਜ਼ੋਰੀ ਤੁਹਾਡੀ ਆ, ਤੁਸੀਂ ਕਿਉਂ ਨੀ ਲੋਕਾਂ ਨੂੰ ਦੱਸ ਸਕੇ? ਦੱਸੀਏ, ਆਹ ਗੱਲ ਹੈ ਨਾ, ਆਹ ਜਿਹੜੀ ਤੁਸੀਂ ਹੁਣ ਸਵਾਲ ਕੀਤਾ ਕਿ ਤੁਸੀਂ ਦੱਸ ਕਿਉਂ ਨੀ ਦੱਸੇ, ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ, ਹਾਂਜੀ, ਇੰਨੀ ਕਮਜ਼ੋਰੀ ਰਹੀ ਆ, ਇੰਨੀ ਪ੍ਰਾਪਤੀ ਹੋਈ ਆ। ਠੀਕ,
ਅੱਜ ਬੇਸ਼ੱਕ ਮੈਂ ਲੱਖ ਕਮਾਂ ਮੈਂ ਗੱਲਬਾਤ ਸੀ ਨਹੀਂ ਜਾਂਦਾ ਰਿਹਾ, ਪਰ ਜਿਹੜੇ ਗੱਲਬਾਤ ਜਾਂਦੇ ਸੀ ਨਹੀਂ ਉਹਨਾਂ ਨੇ ਜਦੋਂ ਮੇਰੇ ਇੱਕ ਮਿੰਟ ਗੱਲ ਸੁਣਦੇ ਜਦੋਂ ਅਸੀਂ ਖੁਦ ਵੀ ਜਿਹੜਾ ਕਿ ਅਸੀਂ ਖੁਦ ਮੈਂ ਖੁਦ ਉਹਨਾਂ ਨੂੰ ਟੈਲੀਫੋਨ ਮੰਡ ਸਾਹਿਬ ਨੂੰ ਜਾਂ ਬਾਕੀਆਂ ਨੂੰ ਗੁਰਦੀਪ ਸਿੰਘ ਹੋਣਾ ਨੂੰ ਜਾਂ ਕਿਸੇ ਨੂੰ ਵੀ ਜਿਹੜੇ ਮੋਹਰੀ ਰਾਇਆ ਧੋਰੀ ਇੱਕ ਸਿਰਫ ਆਪਣੇ ਬਾਬਾ ਬਲਜੀਤ ਸਿੰਘ ਦਾਦੂਵਾਲ ਤੋਂ ਬਗੈਰ ਕੋਈ ਵੀ ਫੋਨ ਤੇ ਨਹੀਂ ਆਉਂਦਾ ਰਿਹਾ, ਬਾਕੀ ਸਾਰੇ ਕਹਿੰਦੇ ਰਹਿੰਦੇ ਜੀ ਕੋਈ ਨੀ ਫੇਰ ਗੱਲ ਕਰਾਂਗੇ ਫੇਰ ਕਰਾਂਗੇ। ਮੈਂ ਤੁਹਾਨੂੰ ਪੁੱਛਦਾ ਕਿਉਂ ਨੀ ਕਿਹਾ ਤੁਹਾਡੇ ਨਾਲ ਗੱਲਬਾਤ ਹੋਈ ਆ, ਉਹ ਤੋਂ ਪਹਿਲਾਂ ਆਪਾਂ ਆਵਾਜ਼ ਕੀਤੀ ਵੀ ਗੱਲ ਬਰਗਾੜੀ ਮੋਰਚੇ ਦੇ ਵਿੱਚ ਪੂਰੀ ਵੀਡੀਓ ਜਿਹੜੀ ਉੱਥੇ ਤੁਸੀਂ ਗੱਲਬਾਤ ਜਿਹੜੀ ਕੀਤੀ ਆਵਾਜ਼ ਕੌਮ ਤੇ ਅੱਜ ਵੀ ਪਈ ਆ ਉਹ। ਜੇ ਗੁਰਦੀਪ ਸਿੰਘ ਤੁਹਾਡਾ ਜਨਰਲ ਸਕੱਤਰ ਸੀ ਉਹ ਤੁਹਾਡੀ ਜਥੇਬੰਦੀ ਦਾ ਹੀ ਬੰਦਾ ਸੀ, ਗੁਰਦੀਪ ਸਿੰਘ ਸਾਡਾ ਜਨਰਲ ਸਕੱਤਰ ਆ ਉਹ ਹੀ ਗੱਲ ਕਰਦਾ ਆ, ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਉਹ ਉਹਨਾਂ ਨੇ ਦੋ ਤਿੰਨ ਵਾਰੀ ਫੋਨ ਕੀਤਾ, ਉਹ ਕਹਿੰਦੇ ਨਹੀਂ ਜੀ ਹਾਲੇ ਸਮਾਂ ਨਹੀਂ ਮੌਕਾ ਨਹੀਂ ਗਾ। ਜਿਹੜੀ ਕਮੀ ਰਹੀ ਆ ਉਹ ਝੋਲੀ ਚ ਪਵਾਏ ਸਾਡੀ ਸਾਡੀ ਧਿਰ ਸਾਡੇ ਜਿਹੜੇ ਲੀਡਰ ਨੇ ਤੇ ਅਸੀਂ ਸੀਗੇ ਸਾਰੇ, ਜਿਹੜੀ ਪ੍ਰਾਪਤੀ ਹੋਈ ਹੈ ਕੌਮ ਦੇ ਸਾਹਮਣੇ ਰੱਖੋ ਵੀ ਆਹ ਪ੍ਰਾਪਤੀ ਕਰਕੇ ਦਿੱਤੀ ਆ, ਇਹ ਦੱਸ ਦਿਓ ਜਿਹੜੀ ਤੁਸੀਂ ਗੱਲ ਕਰ ਰਹੇ ਮੈਂ ਸੁਣ ਲਈ ਆ, ਜਿਹੜੀ ਮੈਂ ਗੱਲ ਕਰ ਰਿਹਾ ਸੁਣਿਓ, ਵੀ ਤੁਸੀਂ ਇਹ ਦੱਸ ਦਿਓ ਵੀ ਮੋਰਚੇ ਨੂੰ ਉਸ ਟਾਈਮ ਖਤਮ ਕਰਨਾ ਬੰਦ ਕਰਨਾ ਠੀਕ ਸੀ ਜਾਂ ਗਲਤ ਸੀ? ਦੇਖੋ ਮੈਂ ਬੇਨਤੀ ਕਰਾਂ ਤੁਹਾਨੂੰ, ਹਾਂ ਜਿਹੜਾ ਤੁਸੀਂ ਤੁਹਾਡਾ ਹੁਣ ਸਵਾਲ ਹੈ, ਹਾਂ ਦੇਖੋ ਜਿਹੜੀ ਗੱਲ ਕਰਕੇ ਆਏ ਸੀ ਉੱਥੇ, ਹਾਂਜੀ ਉਹ ਗੱਲ ਜਿਹੜੀ ਸੀ ਸਾਨੂੰ ਕੌਮ ਦੇ ਸਾਹਮਣੇ ਰੱਖਣੀ ਚਾਹੀਦੀ ਸੀ ਮਾਨ ਸਾਹਿਬ ਨੂੰ, ਸਾਰੀ ਕੌਮ ਨੂੰ ਦੱਸਣ ਦਾ ਆਹ ਗੱਲ ਹੋਈ ਹੈ, ਆਹ ਬਾਤ ਹੋਈ ਹੈ, ਇਹਦੇ ਉੱਤੇ ਮੈਂ 10 ਦਿਨ ਦਾ 15 ਦਿਨ ਦਾ ਜਾਂ 20 ਦਿਨ ਦਾ ਮੈਂ ਟਾਈਮ ਦੇ ਰਿਹਾ, ਇਹਨਾਂ ਦਿਨਾਂ ਦੇ ਵਿੱਚ ਮੈਂ ਫੈਸਲਾ ਲਵਾਂਗਾ। ਇਸ ਦਰਮਿਆਨ ਮੈਂ ਬਾਕੀ ਸਾਰੇ ਪੰਚ ਦੇ ਨੁਮਾਇੰਦੇ ਵਿਦਵਾਨ ਆਗੂ ਮਹਾਤਮਾ ਜੀ ਵਾਰੀ ਵਾਰੀ ਸਾਰੇ ਮੈਂ ਮੀਟਿੰਗ ਕਰਾਂਗਾ, ਸਭ ਦੀ ਸਲਾਹ ਲਵਾਂਗਾ, ਜੇ ਸਾਰੀ ਕੌਮ ਕਹਿ ਦੇ ਕਿ ਵਾਪਸ ਲੈ ਲਓ ਸਮਾਪਤੀ ਕਰ ਦਿਆਂਗੇ, ਜੇ ਕਹਿ ਦੇ ਕਿ ਨਹੀਂ ਲੈਣਾ ਨਹੀਂ ਲਵਾਂਗੇ, ਕਮਜ਼ੋਰੀ ਹੋਈ ਉਹ ਅਕਾਲੀ ਨੇ ਫੈਸਲਾ ਕਰ ਲਿਆ। ਜਿਹੜੀ ਦੂਸਰੀ ਗੱਲ ਹੈ ਉਹਦੇ ਬਾਰੇ ਮੈਂ ਤੁਹਾਨੂੰ ਨੀ, ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ, ਠੀਕ ਉਸ ਦਿਨ ਵੀ ਮੇਰਾ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ, ਮੈਂ ਉਸ ਦਿਨ ਵੀ ਕਿਹਾ ਗੱਲਬਾਤ ਫਲਾਣੇ ਫਲਾਣੇ ਬੰਦੇ ਕਰਕੇ ਆਏ ਆ, ਕੱਢੋ ਰਿਕਾਰਡ ਮੇਰਾ ਹੁਣੇ ਜੇ ਤੁਹਾਡੇ ਕੋਲ ਰਿਪੋਰਟ ਸਾਡੇ ਕੋਲ ਕੀ ਸਾਰੀ ਦੁਨੀਆ ਤੋਂ ਹੈਗੀ ਹੈ ਜਿਹੜਾ ਤੁਸੀਂ ਅੱਛਾ ਕੀਤੀ ਕੀਤੀ ਸਾਰਾ ਬਤਾ। ਹਾਂਜੀ ਪੰਚ ਤੋਂ ਬਾਹਰ ਨਹੀਂ ਅਜੇ, ਪੰਚ ਦੇ ਨਾਲ ਆ, ਠੀਕ ਇਹਦੇ ਉੱਤੇ ਪੰਚ ਦੀ ਵਿਚਾਰ ਜਿਹੜੀ ਸਾਰੇ ਦੀ ਲੈ ਲਈ ਜਾਵੇ, ਠੀਕ ਹੈ ਹਾਂ ਪੰਚ ਦੀ ਵਿਚਾਰ ਲੈ ਲੈਣੀ ਚਾਹੀਦੀ ਹੈ। ਹਾਂ ਉੱਥੇ ਗਲਤੀ ਇਹ ਹੋਈ ਕਿ ਕੁਝ ਬੰਦੇ ਜਿਹੜੇ ਸੀ ਉਹ ਇਸ ਗੱਲ ਦੇ ਹੱਥ ਕੇ ਨਹੀਂ ਸੀ, ਉਹ ਚਾਹੁੰਦੇ ਸੀ ਵੀ ਇੱਕ ਲੀਡਰ ਹੁੰਦਾ ਉਹ ਫੈਸਲੇ ਕਰਦਾ, ਠੀਕ ਹੈ ਉਹਨੇ ਫੈਸਲੇ ਲੈਣੇ ਹੁੰਦੇ ਆ ਹੱਥ ਦੇ ਬਾਅਦ ਵਿਚਾਲੇ ਵਾਲਾ, ਏਦਾਂ ਨੀ ਹੁੰਦਾ ਕਹਿਣ ਖਿੱਚੂ ਕਹਿ ਨੂੰ, ਮੈਂ ਕਿਹਾ ਤੁਹਾਡੀ ਮਰਜ਼ੀ ਤੁਸੀਂ ਜੋ ਫੈਸਲਾ ਕਰੋਗੇ ਆਪਾਂ ਬਾਹਰ ਨਹੀਂ ਨਾਪਰ ਨਹੀਂ, ਪਰ ਮੇਰਾ ਜਾਤੀ ਵਿਚਾਰ ਕੇ ਵਿਚਾਰ ਲੈਣਾ ਚਾਹੀਦਾ ਕੌਮ ਦਾ, ਸਿਰਫ ਵਿਚਾਰ ਨਾ ਲੈਣਾ ਇਹੀ ਕਮਜ਼ੋਰੀ ਹੈ ਮੋਰਚੇ 'ਚ, ਹੋਰ ਕੋਈ ਕਮਜ਼ੋਰੀ ਨੀ ਆਈ। ਜਿਹੜੇ ਧਰਨੇ ਜੀ ਨੀ ਬੈਠੇ ਉਹ ਰੌਲਾ ਪਾਉਂਦੇ ਆ,
ਹਾਂ ਨਹੀਂ 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 ਉੱਥੇ ਤੁਸੀਂ ਇਹ ਵੀ ਦੱਸ ਦਿਓ ਬਈ ਉੱਥੇ ਐਲਾਨ ਇਹ ਵੀ ਹੋਇਆ ਸੀ ਨਾ ਬਈ ਜੇ ਇਹ ਮੰਗਾਂ ਨਾ ਮੰਨੀਆਂ ਤਾਂ ਅਸੀਂ ਪਿੰਡ ਪਿੰਡ ਜਾਵਾਂਗੇ, ਕਿਹੋ ਜਿਹਾ ਮਤਲਬ ਮੋਰਚਾ ਸ਼ੁਰੂ ਕਰਾਂਗੇ ਜਿਹੜਾ ਸਰਕਾਰ ਨੂੰ ਬਹੁਤ ਔਖਾ ਕਰੂਗਾ, ਉਹ ਤਾਂ ਹੋਇਆ ਨਹੀਂ। ਹਾਂ ਆਹ ਗੱਲ ਕੀਤੀ ਸੀ ਮੰਡ ਸਾਹਿਬ ਨੇ ਕੀਤੀ, ਹਾਂ ਮੰਡ ਸਾਹਿਬ ਗੱਲ ਕਹੀ ਜੇ ਇਹਨੇ ਤੇ ਕਮਜ਼ੋਰੀ ਉਠਾਈ ਤੇ ਅਸੀਂ ਘਰ ਘਰ ਵੀ ਜਾਵਾਂਗੇ, ਇਹ ਸਰਕਾਰ ਨੂੰ ਮਜ਼ਬੂਰ ਕਰਾਂਗੇ। ਹਾਂ ਇਹ ਗੱਲ ਇਹਨਾਂ ਨੇ ਕਹੀ ਸੀ, ਮੈਂ ਬਿਲਕੁਲ ਇਹ ਗੱਲ ਸਹਿਮਤ ਹਾਂ। ਤੇ ਫਿਰ ਉਹਨਾਂ ਨੂੰ ਹੁਣ ਉਹ ਗੱਲ ਕਿੱਥੇ ਗਈ? ਜਿਹੜਾ ਪਵੇ ਤਾਂ ਦੇ ਦੇਣਾ ਚਾਹੀਦਾ। ਹਾਂਜੀ ਹਾਂਜੀ, ਕੋਈ ਕੋ ਬੰਦੇ ਕੋਈ ਕੌਮਾਂ ਵਾਸਤੇ ਸਾਹਮਣੇ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ। ਠੀਕ ਹੈ, ਸਰਕਾਰ ਨੂੰ ਪਤਾ ਲੱਗ ਜਾਵੇ ਵੀ ਅਸੀਂ ਧੋਖਾ ਕਿਵੇਂ ਕਰਦੇ ਹਾਂ ਕਿਸੇ ਦੇ ਨਾਲ, ਇਹ ਨਹੀਂ ਇਹ ਗੱਲ ਦੇ, ਮੈਂ ਬਿਲਕੁਲ ਇਹ ਗੱਲ ਦੇ ਹੱਥ ਲਿਆ। ਠੀਕ ਹੈ, ਧੰਨਵਾਦ ਜੀ ਮੋਹਕਮ ਸਿੰਘ ਜੀ, ਤੁਸੀਂ ਆਖਰ ਦੇ ਵਿੱਚ ਹੋਰ ਕੁਝ ਕਹਿਣਾ ਚਾਹੋ? ਭਾਈ ਗੁਰਦੀਪ ਸਿੰਘ ਨੂੰ ਉਹਦੇ ਗੱਲ ਬੜੀ ਤਨਕਾਹ ਕੇ ਕਰਨੀ ਚਾਹੀਦੀ ਸੀ। ਠੀਕ ਹੈ, ਮਾਨਸਾ ਨੂੰ ਤਨਕਾਹ ਕੇ ਕਰਨੀ ਚਾਹੀਦੀ ਸੀ। ਹਾਂ ਆਹ ਗੱਲ ਹੋਈ ਹੈ, ਇੰਨੀ ਨਹੀਂ ਹੋਈ। ਠੀਕ ਹੈ, ਇੰਨੀ ਹੋਈ ਹੈ, ਇੰਨੀ ਨਹੀਂ ਹੋਈ, ਆਹ ਦੱਸਣਾ ਚਾਹੀਦਾ ਸੀ ਨਾ। ਇਹ ਗੱਲ ਕਹੀ ਸੀ ਉਸ ਦਿਨ ਵੀ, ਠੀਕ ਹੈ, ਇੰਨੀ ਹੋ ਗਈ ਹੈ, ਇੰਨੀ ਰਹਿੰਦੀ ਹੈ, ਇਹਦੇ ਬਾਰੇ ਕੌਮ ਨੂੰ ਸਲਾਹ ਦਿੱਤੀ ਜਾਵੇ। ਠੀਕ ਹੈ, ਚਲੋ ਧੰਨਵਾਦ ਜੀ ਸਮਾਂ ਦੇਣ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਟਾਈਮ ਵੀ ਕਾਫੀ ਹੋ ਗਿਆ ਸੀ, ਤੁਹਾਡਾ ਟਾਈਮ ਕਾਫੀ ਲੱਗ ਗਿਆ, ਆਖਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ? ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।